ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਕਰੀਅਰ ਗਾਈਡੈਂਸ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਇਸ ਸ਼ੋਅ ਵਿੱਚ ਸਾਨੂੰ ਗਾਈਡ ਕਰਨ ਲਈ ਸਾਡੇ ਨਾਲ ਮੌਜੂਦ ਨੇ ਆਰਐਸ ਗਲੋਬਲ ਇਮੀਗ੍ਰੇਸ਼ਨ ਤੋਂ ਸੁਖਚੈਨ ਸਿੰਘ ਰਾਹੀ ਜੀ। ਜੇ ਤੁਸੀਂ ਵੀ ਕੈਨੇਡਾ ਤੋਂ ਰਿਫਿਊਜ਼ ਹੋ ਜਾਂ ਤੁਹਾਡੇ ਨੋਨ ਵਿੱਚ ਕੋਈ ਰਿਫਿਊਜ਼ ਨੇ, ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਕੰਟਰੀ ਚੇਂਜ ਕਰਨਾ ਚਾਹੁੰਦੇ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਧਰੇ ਵੀ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਰਐਸ ਗਲੋਬਲ ਨੂੰ ਕੰਟੈਕਟ ਕਰ ਸਕਦੇ ਹੋ। ਅਤੇ ਦੇਖਦੇ ਹਾਂ ਅੱਜ ਨਵੇਂ ਸਾਲ ਲਈ ਆਰਐਸ ਗਲੋਬਲ ਸਾਡੇ ਲਈ ਕੀ ਤੋਹਫੇ ਲੈ ਕੇ ਆਇਆ ਅਤੇ ਗੱਲਾਂ ਬਾਤਾਂ ਕਰਦੇ ਹਾਂ। ਸੁਖਚੈਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਮੈਡਮ ਜੀ, ਐਂਡ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇਸ ਮੰਚ 'ਤੇ ਬੁਲਾਉਂਦੇ ਹੋ ਐਂਡ ਮੇਰੇ ਦਰਸ਼ਕਾਂ ਨਾਲ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੰਦੇ ਹੋ। ਐਂਡ ਸਭ ਤੋਂ ਪਹਿਲਾਂ ਮੇਰੇ ਉਹਨਾਂ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ 2019 ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਉਹਨਾਂ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਭਰਪੂਰ, ਤੰਦਰੁਸਤੀ ਭਰਪੂਰ, ਤਰੱਕੀਆਂ ਭਰਪੂਰ ਚੜ੍ਹੇ। ਐਂਡ ਜਿਨ੍ਹਾਂ ਦੇ 2018 'ਚ ਬਾਹਰ ਜਾਣ ਦੇ ਸੁਪਨੇ ਪੂਰੇ ਨਹੀਂ ਹੋਏ, ਪਰਮਾਤਮਾ ਉਹਨਾਂ ਦਾ ਸੁਪਨਾ 2019 'ਚ ਬਾਹਰਲੇ ਮੁਲਕਾਂ ਜਾਣ ਦਾ ਪੂਰਾ ਕਰੇ। ਸੋ ਜਿਵੇਂ ਸ਼ੁਰੂਆਤ 'ਚ ਦੱਸਿਆ ਮੈਡਮ ਨੇ ਕਿ ਅਗਰ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ ਨੋਨ SDS ਕੈਟਾਗਰੀ ਦੇ ਵਿੱਚ, ਜਾਂ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ, ਜਾਂ ਫਿਰ ਨਿਊਜ਼ੀਲੈਂਡ 'ਚ ਤੁਹਾਡੇ ਕੋਲ 6 ਮਹੀਨੇ ਪੁਰਾਣੇ ਫੰਡ ਨਹੀਂ ਹੈਗੇ, ਕਿਹੜੇ ਕਿਹੜੇ ਫੰਡ ਅਸੈਪਟੇਬਲ ਹੈ, ਇਹਨਾਂ ਸਾਰੇ ਤਰ੍ਹਾਂ ਦੀ ਕਨਫਿਊਜ਼ਨ ਦਿਮਾਗ 'ਚ ਹੈ, ਤਾਂ ਇੱਕੋ ਨੰਬਰ 70509 70509 ਇਸ ਨੰਬਰ 'ਤੇ ਕਾਲ ਕਰਕੇ ਆਪਣੀ ਕਿਸੇ ਵੀ ਇਨਕੁਆਇਰੀ ਨੂੰ ਦੂਰ ਕਰ ਸਕਦੇ ਹੋ। ਐਂਡ ਜਲੰਧਰ, ਮੋਹਾਲੀ ਅਤੇ ਨਵਾਂਸ਼ਹਿਰ, ਇਹਨਾਂ ਆਫਿਸ 'ਚ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਕੇ ਆਪਣਾ ਕਿਸੇ ਵੀ ਕੰਟਰੀ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਜਿੱਥੋਂ ਤੱਕ ਨਵੇਂ ਸਾਲ ਦੇ ਤੋਹਫੇ ਦਾ ਸਵਾਲ, ਅਸੀਂ ਹਰ ਵਾਰ ਕੋਈ ਨਾ ਕੋਈ ਨਵੀਂ ਅਨਾਊਂਸਮੈਂਟ ਕਰਦੇ ਹਾਂ। ਇਸ ਵਾਰ ਵੀ ਆਰਐਸ ਗਲੋਬਲ ਦੀ ਟੀਮ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਤੁਹਾਡੇ ਲਈ ਟੂਰਿਸਟ ਵੀਜ਼ਾ ਨੂੰ ਲੈ ਕੇ, ਕਿਉਂਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਿਹਾ, ਜਦੋਂ ਦਾ ਨਵੇਂ ਸਾਲ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਨਿਊ ਈਅਰ, ਕ੍ਰਿਸਮਿਸ ਦੀਆਂ, ਅਤੇ ਉਦੋਂ ਤੋਂ ਹੀ ਹਰ ਕੋਈ ਐਡਵਰਟੀਜ਼ਮੈਂਟ ਦੇ ਵਿੱਚ ਬੋਲ ਰਿਹਾ ਜਾਂ ਕਰ ਰਿਹਾ ਕਿ ਨਵੇਂ ਸਾਲ ਦੀਆਂ ਛੁੱਟੀਆਂ ਪਰਿਵਾਰ ਨਾਲ ਮਨਾਓ, ਕੋਈ 10 ਲੱਖ ਰੁਪਏ ਅਤੇ ਕੋਈ 15 ਲੱਖ ਰੁਪਏ ਅੰਬੈਸੀ 'ਚ ਸੈਟਿੰਗ ਹੋਣ ਦੇ ਨਾਂ 'ਤੇ ਲੋਕਾਂ ਕੋਲ ਉਗਰਾ ਰਿਹਾ। ਸੋ ਨਵੇਂ ਸਾਲ ਦੇ ਤੋਹਫੇ 'ਚ ਅਸੀਂ ਇਸ ਵਾਰ ਆਰਐਸ ਗਲੋਬਲ ਦੀ ਟੀਮ ਨੇ ਉਪਰਾਲਾ ਕੀਤਾ ਕਿ ਤੁਸੀਂ ਆਪਣੇ ਪਰਿਵਾਰ ਨਾਲ ਜਾਂ ਆਪਣੇ ਦੋਸਤਾਂ ਨਾਲ ਕਿਸੇ ਵੀ ਕੰਟਰੀ 'ਚ ਘੁੰਮਣ ਜਾਣਾ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਅਮੈਰੀਕਾ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ ਨਿਊਜ਼ੀਲੈਂਡ ਹੈ, ਚਾਹੇ ਯੂਰਪ ਦੀ ਕੋਈ ਕੰਟਰੀ ਹੈ, ਚਾਹੇ ਉਹ ਜਾਪਾਨ ਜਾਂ ਸਿੰਗਾਪੁਰ ਵਰਗੇ ਕੰਟਰੀਜ਼ ਕਿਉਂ ਨਹੀਂ, ਤੁਸੀਂ ਸਾਰੇ ਪੈਸੇ, ਜਿਹੜੀ ਕੰਪਨੀ ਦੀ ਫੀਸ ਹੈ, ਜਿਹੜੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੀ ਫੀਸ ਹੈ, ਉਹ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੀ ਹੈ। ਐਡਵਾਂਸ ਦੇ ਵਿੱਚ 1 ਪੈਨੀ ਤੱਕ 1 ਚਵਾਨੀ ਤੱਕ ਤੁਹਾਡੇ ਤੋਂ ਚਾਰਜ ਨਹੀਂ ਕੀਤੀ ਜਾਊਗੀ। ਐਂਡ ਫੀਸ ਵੀ ਇਸ ਮੰਚ 'ਤੇ ਮੈਂ ਓਪਨਲੀ ਅਨਾਊਂਸ ਕਰਦਾ, ਉਹ ਹੈ 4,999 ਰੁਪਈਏ, ਜਾਣੀ ਕਿ ਤੁਸੀਂ ਸਿਰਫ 4,999 ਰੁਪਏ ਦੇ ਵਿੱਚ ਕੰਪਨੀ ਨੂੰ ਫੀਸ ਪੇ ਕਰਕੇ, ਉਹ ਵੀ ਵੀਜ਼ਾ ਲੱਗਣ ਤੋਂ ਬਾਅਦ, ਪਹਿਲਾਂ ਤੁਸੀਂ ਕੋਈ ਪ੍ਰੋਸੈਸਿੰਗ ਫੀਸ, ਕੋਈ ਰਜਿਸਟ੍ਰੇਸ਼ਨ ਫੀਸ ਪੇ ਨਹੀਂ ਕਰਨੀ, ਕਿਸੇ ਵੀ ਕੰਟਰੀ ਦਾ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਲੈ ਸਕਦੇ ਹੋ, ਚਾਹੇ ਤੁਸੀਂ ਕੈਨੇਡਾ ਘੁੰਮਣ ਜਾਣਾ, ਚਾਹੇ ਤੁਸੀਂ ਅਮੈਰੀਕਾ ਜਾਂ ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ ਘੁੰਮਣ ਜਾਣਾ। ਸੋ ਇਸ ਜਿਹੜੀ ਐਕਸਾਈਟਿੰਗ ਆਫਰ ਹੈ ਨਵੇਂ ਸਾਲ ਦੀ, ਇਹਦੀ ਵੈਲਿਡਿਟੀ ਸਿਰਫ 31 ਜਨਵਰੀ ਤੱਕ ਰਹੇਗੀ, ਕਿਉਂਕਿ ਨੋਰਮਲੀ ਸਾਡੀ ਕੰਪਨੀ ਦੀ ਫੀਸ 25,000 ਤੋਂ ਲੈ ਕੇ 30,000 ਤੱਕ ਹੁੰਦੀ ਹੈ, ਐਂਡ ਉਹ ਕੰਪਨੀ ਪਹਿਲਾਂ ਚਾਰਜ ਕਰਦੀ ਵੀਜ਼ਾ ਲੱਗਣ ਤੋਂ। ਬਟ ਨਵੇਂ ਸਾਲ ਦੇ ਤੋਹਫੇ ਵਜੋਂ 31 ਜਨਵਰੀ ਤੱਕ ਕੋਈ ਵੀ ਐਪਲੀਕੈਂਟ ਜੋ ਇਹ ਸ਼ੋਅ ਵੇਖ ਰਿਹਾ, ਜੋ ਇਹ ਪ੍ਰੋਗਰਾਮ ਵੇਖ ਰਿਹਾ, ਉਹ ਕੈਨੇਡਾ ਦੇ ਵਿੱਚ ਜਾਂ ਅਮੈਰੀਕਾ ਵਿੱਚ ਘੁੰਮਣ ਜਾਣਾ ਚਾਹੁੰਦਾ, ਆਪਣੇ ਪਰਿਵਾਰ ਨਾਲ ਜਾਂ ਇਕੱਲਿਆਂ ਹੋਲੀਡੇਜ਼ ਮਨਾਉਣ ਜਾਣਾ ਚਾਹੁੰਦਾ, ਜਾਂ ਕਿਸੇ ਸਾਕ ਸੰਬੰਧੀ ਦਾ ਕੋਈ ਖੁਸ਼ੀ ਦਾ ਗਮੀ ਦਾ ਫੰਕਸ਼ਨ ਅਟੈਂਡ ਕਰਨ ਜਾਣਾ ਚਾਹੁੰਦਾ, ਤਾਂ ਸਾਡੀ ਕੰਪਨੀ ਦੀ ਫੀਸ 4,999 31 ਜਨਵਰੀ ਤੱਕ ਰਹੇਗੀ। ਇਹ ਵੀ ਤੁਸੀਂ ਫੀਸ ਸਾਰੀ ਦੀ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੀ ਹੈ। ਸੋ ਇੰਨੀ ਐਕਸਾਈਟਿੰਗ ਆਫਰ ਲਈ ਤੁਸੀਂ ਅਗਰ ਇਹਨੂੰ ਅਵੇਲ ਕਰਨਾ ਚਾਹੁੰਦੇ ਹੋ, ਇਸ ਖੂਬਸੂਰਤ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ, ਤਾਂ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਕਿਸੇ ਵੀ ਜਲੰਧਰ ਜਾਂ ਮੋਹਾਲੀ ਜਾਂ ਨਵੇਂ ਸ਼ਹਿਰ ਦਫ਼ਤਰਾਂ 'ਚ ਮਿਲਿਆ ਜਾ ਸਕਦਾ, ਐਂਡ ਡਿਟੇਲ ਦੇ ਵਿੱਚ ਡਿਸਕਸ਼ਨ ਅਸੀਂ ਦਫ਼ਤਰ ਬੈਠ ਕੇ ਵੀ ਕਰ ਸਕਦੇ ਹਾਂ। ਜੀ ਸਰ, ਤੁਸੀਂ ਦੱਸਿਆ ਕਿ ਆਮ ਟੂਰਿਸਟ ਵੀਜ਼ਾ ਲਈ 20 ਤੋਂ 25 ਲੱਖ ਹੁੰਦਾ ਹੈ, ਜਾਂ ਐਮਬੈਸੀ ਦੀ ਸੈਟਿੰਗ ਦੇ ਨਾਮ ਤੋਂ ਪੈਸੇ ਲਏ ਜਾਂਦੇ, ਜਿੱਥੇ ਆਰਐਸ ਗਲੋਬਲ ਬਹੁਤ ਘੱਟ ਚਾਰਜ ਕਰ ਰਿਹਾ, ਰਾਊਂਡ ਅਬਾਊਟ 5,000 ਸਿਰਫ, ਫਰਕ ਕੀ ਹੈ ਉਹ ਸਰਵਿਸਿਜ਼ ਅਤੇ ਤੁਹਾਡੀ ਦਿੱਤੀਆਂ ਸਰਵਿਸਿਜ਼ ਵਿੱਚ? ਦੇਖੋ ਜੀ, 2 ਤਰ੍ਹਾਂ ਦਾ ਬਿਜ਼ਨਸ ਹੁੰਦਾ, ਇੱਕ ਹੁੰਦਾ ਕਿ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ, ਅਤੇ ਇੱਕ ਹੁੰਦਾ ਕਿਸੇ ਨੂੰ ਚੰਗੀ ਸਰਵਿਸ ਦੇਣਾ। ਮੈਂ ਵੀ, ਸਾਡੀ ਵੀ ਕੰਪਨੀ ਦੀ ਫੀਸ 25,000 ਤੋਂ ਲੈ ਕੇ 30,000 ਤੱਕ ਹੁੰਦੀ ਹੈ, ਬਟ ਜਿਵੇਂ ਨਵੇਂ ਸਾਲ ਦੇ ਤੋਹਫੇ ਵਜੋਂ ਤੁਸੀਂ ਗੱਲ ਕੀਤੀ, ਤਾਂ ਅਸੀਂ ਹਰ ਸਾਲ ਜਨਵਰੀ 'ਚ ਕੋਈ ਨਾ ਕੋਈ ਐਕਸਾਈਟਿੰਗ ਆਫਰ ਜ਼ਰੂਰ ਆਪਣੇ ਉਹਨਾਂ ਕਲਾਇੰਟਸ ਲਈ ਕੱਢਦੇ ਹਾਂ। ਤਾਂ ਇਸ ਜਨਵਰੀ ਦੇ ਵਿੱਚ 31 ਜਨਵਰੀ ਤੱਕ ਇਹ ਆਫਰ ਵੈਲਿਡ ਰਹੇਗੀ, ਜਿਹੜੀ ਸਾਡੀ ਕੰਪਨੀ ਦੀ ਫੀਸ ਆ ਉਹ 25,000 ਤੋਂ ਘੱਟ ਕੇ ਸਿਰਫ ਉਹ ਸਿਰਫ 49,999, ਯਾਨੀ ਕਿ 5,000 ਤੋਂ ਵੀ ਘੱਟ ਚਾਰਜ ਕੀਤੀ ਜਾਏਗੀ, ਔਰ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ। ਮੈਂ ਬਾਰ ਬਾਰ ਗੱਲ ਰਿਪੀਟ ਇਸ ਕਰਕੇ ਕਰ ਰਿਹਾ ਕਿ ਕੰਪਨੀ ਦੀ ਪਹਿਲਾਂ ਜਿਹੜੀ ਪ੍ਰੋਸੈਸਿੰਗ ਫੀਸ ਹੁੰਦੀ ਸੀ 25,000 ਰੁਪਈਆ, ਜਿਹੜੇ ਸਾਡੇ ਪੁਰਾਣੇ ਕਲਾਇੰਟ ਸਾਡੇ ਨਾਲ ਜੁੜੇ ਨੇ, ਕਿਉਂਕਿ 2009 ਤੋਂ ਤਾਂ ਅਲੱਗ ਅਲੱਗ ਟੀ ਵੀ ਚੈਨਲ 'ਤੇ ਮੈਂ ਲੋਕਾਂ ਦੇ ਰੂਬਰੂ ਹੋ ਰਿਹਾ, ਅਤੇ ਜਿਹੜੇ 10-15 ਸਾਲ ਤੋਂ ਪੁਰਾਣੇ ਸਾਡੇ ਨਾਲ ਕਲਾਇੰਟ ਜੁੜੇ ਨੇ, ਸਭ ਨੂੰ ਪਤਾ ਵੀ ਆਰਐਸ ਗਲੋਬਲ ਦੀ ਫੀਸ 25,000 ਹੈ, ਐਂਡ ਉਹ 25,000 ਫੀਸ ਦੀ ਬਜਾਏ ਘਟਾ ਕੇ ਹੁਣ ਸਿਰਫ 4,999 ਰੱਖੀ ਗਈ ਹੈ, ਔਰ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ। ਉਹ ਘੱਟ ਕਰਨ ਦਾ ਮਕਸਦ ਸਿਰਫ ਇਹ ਕਿ ਇੱਕ ਨਵੇਂ ਸਾਲ ਦਾ ਤੋਹਫਾ ਲੋਕਾਂ ਨੂੰ ਦਿੱਤਾ ਜਾਵੇ, ਜੋ ਲੋਕ ਆਪਣੇ ਦੋਸਤਾਂ ਦੇ ਨਾਲ ਜਾਂ ਫੈਮਿਲੀ ਨਾਲ ਬਾਹਰ ਘੁੰਮਣ ਜਾਣਾ ਚਾਹੁੰਦੇ, ਐਂਡ ਬੇਸਿਕਲੀ ਉਹ ਏਜੰਟ ਜਿਹੜੇ ਟੂਰਿਸਟ ਵਿਜ਼ਟ
ਐਕਚੁਅਲ ਤੌਰ ਤੇ ਕਿਸੇ ਵੀ ਐਮਬੈਸੀ 'ਚ ਕੋਈ ਸੈਟਿੰਗ ਨਹੀਂ ਹੁੰਦੀ, ਵੀਜ਼ਾ ਆਫਿਸਰ ਸਿਰਫ ਡਾਕੂਮੈਂਟਸ ਦੇ ਬਿਹਾਫ 'ਤੇ ਵੀਜ਼ਾ ਦਿੰਦੇ ਨੇ। ਸੋ ਅਗਰ ਤੁਹਾਡੇ ਕੋਲ ਕਿਸੇ ਬਾਹਰਲੇ ਮੁਲਕ 'ਚ ਸਪੋਂਸਰਸ਼ਿਪ ਹੈ, ਕੋਈ ਭੈਣ ਭਰਾ ਦੀ, ਕੋਈ ਦੋਸਤ ਦੀ, ਕਿਸੇ ਸੱਜਣ ਮਿੱਤਰ ਦੀ, ਤਾਂ ਉਹ ਸਪੋਂਸਰਸ਼ਿਪ ਮੰਗਾ ਸਕਦੇ ਹੋ। ਅਗਰ ਸਪੋਂਸਰਸ਼ਿਪ ਨਹੀਂ ਵੀ ਹੈਗੀ, ਕੋਈ ਇਨਵੀਟੇਸ਼ਨ ਲੈਟਰ ਤੁਹਾਨੂੰ ਨਹੀਂ ਵੀ ਭੇਜ ਰਿਹਾ, ਜਾਂ ਤੁਹਾਡਾ ਕੋਈ ਸਾਕ ਸੰਬੰਧੀ ਬਾਹਰਲੇ ਮੁਲਕ ਨਹੀਂ ਵੀ ਰਹਿੰਦਾ, ਤਾਂ ਵੀ ਤੁਸੀਂ ਆਪਣੇ ਪਰਿਵਾਰ ਨਾਲ, ਆਪਣੇ ਦੋਸਤਾਂ ਨਾਲ ਘੁੰਮਣ ਜਾ ਸਕਦੇ ਹੋ ਇੱਕ ਚੰਗੀ ਕੰਪਨੀ ਤੋਂ ਟੂਰ ਪੈਕੇਜ ਬਣਾ ਕੇ, ਜਿਹਦੇ 'ਚ ਤੁਹਾਡਾ 7 ਤੋਂ 10 ਦਿਨ ਦਾ ਰਹਿਣ ਦਾ ਪ੍ਰਬੰਧ, ਤੁਹਾਡਾ ਹੋਟਲ 'ਚ ਰਹਿਣ ਦਾ ਪ੍ਰਬੰਧ, ਤੁਹਾਡੇ ਆਉਣ ਜਾਣ ਦੀ ਟਿਕਟਾਂ ਦਾ ਪ੍ਰਬੰਧ, ਪਲੱਸ ਜਿਹੜੇ ਉਸ ਸ਼ਹਿਰ ਦੇ ਵਿੱਚ ਜਾਂ ਉਸ ਮੁਲਕ 'ਚ ਵੱਛੀਆਂ ਜਿਹੜੀਆਂ ਘੁੰਮਣ ਫਿਰਨ ਨੂੰ ਦੇਖਣ ਵਾਲੀਆਂ ਥਾਵਾਂ ਨੇ ਉਹਨੂੰ ਦੇਖਣ ਦਾ ਪ੍ਰਬੰਧ, ਜਿਹਨੂੰ ਆਪਾਂ ਸਿਟੀ ਟੂਰ ਕਹਿੰਦੇ ਹਾਂ ਜਾਂ ਸਾਈਟ ਸੀਨ ਕਹਿੰਦੇ ਹਾਂ, ਉਸ ਤੋਂ ਇਲਾਵਾ ਤੁਹਾਡੇ ਖਾਣ ਪੀਣ ਦਾ ਪ੍ਰਬੰਧ, ਉਹ ਸਾਰਾ ਤੁਹਾਡਾ ਜਿਹੜਾ ਅਰੇਂਜਮੈਂਟ ਇੱਕ ਪੂਰਾ ਪੈਕੇਜ ਬਣਦਾ ਹੈ। ਜਿਵੇਂ ਸਿੰਗਾਪੁਰ ਦੀ ਗੱਲ ਕਰਾਂ ਤਾਂ 30,000 ਤੋਂ ਲੈ ਕੇ ਅਤੇ ਲਗਭਗ 40-45,000 ਤੱਕ ਪੈਕੇਜ ਬਣਦਾ। ਇਸ ਤਰ੍ਹਾਂ USA ਕੈਨੇਡਾ ਦਾ ਵੀ ਤੁਸੀਂ ਅਗਰ 3-star ਹੋਟਲ 'ਚ ਸਟੇ ਕਰਨਾ ਜਾਂ 5-star 'ਚ ਕਰਨਾ ਜਾਂ 7-star 'ਚ ਕਰਨਾ, ਉਹ ਤੁਸੀਂ 1,00,000 ਰੁਪਇਆ ਖਰਚਣਾ ਆਪਣੇ ਟੂਰ ਉੱਤੇ ਜਾਂ 2,00,000 ਖਰਚਣਾ ਜਾਂ 4,00,000 ਖਰਚਣਾ, ਉਹ ਤੁਹਾਡੀ ਆਪਣੀ ਪੋਕਟ, ਤੁਹਾਡਾ ਆਪਣਾ ਬਜਟ ਅਲਾਓ ਕਰਦਾ ਤੁਸੀਂ ਕਿੰਨੇ ਪੈਸੇ ਖਰਚ ਕੇ ਜਾਣੇ ਆ, ਉਹ ਤੁਸੀਂ ਪੈਸੇ ਆਪਣੇ ਖਰਚ ਸਕਦੇ ਹੋ। ਬਾਕੀ ਜਿਹੜੀ ਸਾਡੀ ਕੰਪਨੀ ਦੀ ਫੀਸ ਹੈ ਜੋ ਅਸੀਂ ਪੂਰੀ ਫਾਈਲ ਤਿਆਰ ਕਰਨ ਦੀ ਜਾਂ ਤੁਹਾਨੂੰ ਵੀਜ਼ਾ ਲਵਾ ਕੇ ਦੇਣ ਦੀ ਲੈਣੀ ਹੈ, ਉਹ ਕੇਵਲ 4,999 ਰੁਪਏ ਲੈਣੀ ਹੈ, ਉਹ ਵੀ ਵੀਜ਼ਾ ਲੱਗਣ ਤੋਂ ਬਾਅਦ ਜੋ ਤੁਹਾਡੇ ਹੱਥ 'ਚ ਵੀਜ਼ਾ ਫੜਾਇਆ ਜਾਏਗਾ। ਸੋ ਇਹਦੇ 'ਚ ਇੱਕ ਚੀਜ਼ ਮੈਂ ਜ਼ਰੂਰ ਕਲੀਅਰ ਕਰਨਾ ਚਾਹੁੰਦਾ ਕਿ ਅਗਰ ਤੁਹਾਡੇ ਕੋਲ ਸਪੋਂਸਰਸ਼ਿਪ ਨਹੀਂ ਵੀ ਹੈ, ਤੁਹਾਡਾ ਕੈਨੇਡਾ ਅਮੈਰੀਕਾ 'ਚ ਕੋਈ ਰਿਸ਼ਤੇਦਾਰ, ਕੋਈ ਦੋਸਤ, ਸੱਜਣ ਮਿੱਤਰ ਨਹੀਂ ਵੀ ਰਹਿੰਦਾ, ਜੋ ਤੁਹਾਨੂੰ ਰਾਹਦਾਰੀ ਨਹੀਂ ਵੀ ਭੇਜ ਰਿਹਾ, ਤਾਂ ਵੀ ਤੁਸੀਂ ਇੱਕ ਚੰਗਾ ਟੂਰ ਦਾ ਪੈਕੇਜ ਬੁੱਕ ਕਰਵਾ ਕੇ ਕਿਸੇ ਚੰਗੀ ਕੰਪਨੀ ਤੋਂ, ਜੈਨੂਨ, ਉਹ ਵੀ ਨਹੀਂ ਤੁਸੀਂ ਫੇਕ ਟਿਕਟ ਬਣਾ ਕੇ ਲਾ ਦਿਓ ਅਤੇ ਡੰਮੀ ਤੁਸੀਂ ਹੋਟਲ ਬੁਕਿੰਗ ਲਾ ਦਿਓ, ਇਹੋ ਜਿਹੇ ਬੇਸਿਸ 'ਤੇ ਨਹੀਂ, ਇੱਕ ਚੰਗਾ ਟੂਰ ਪੈਕੇਜ ਬਣਾ ਕੇ ਤੁਸੀਂ ਕਿਸੇ ਵੀ ਕੰਟਰੀ 'ਚ ਘੁੰਮਣ ਜਾਣ ਲਈ ਨਵੇਂ ਸਾਲ ਦੇ ਇਸ ਆਫਰ ਨੂੰ RS ਗਲੋਬਲ ਇਮੀਗ੍ਰੇਸ਼ਨ ਨਾਲ ਅਵੇਲ ਕਰ ਸਕਦੇ ਹੋ। ਜੀ ਸਰ, ਜੇ ਰਿਕੁਆਇਰਮੈਂਟਸ ਦੀ ਗੱਲ ਕਰੀਏ, ਫੰਡਸ ਕਿੰਨੇ ਕੁ ਲੋੜ ਹੈਗੀ ਹੈ ਜਾਂ ਟਰੈਵਲ ਹਿਸਟਰੀ ਕਿੰਨੀ ਕੁ ਚਾਹੀਦੀ ਹੈ, ਇਨਕਮ ਕਿੰਨੀ ਕੁ ਸ਼ੋਅ ਕਰਨੀ ਪਏਗੀ ਲੋਕਾਂ ਨੂੰ? ਇਹ ਵੀ ਬੜੇ ਭੁਲੇਖੇ ਅਮ੍ਰਿਤਾ ਜੀ ਲੋਕਾਂ ਦੇ ਦਿਮਾਗ 'ਚ ਪਏ ਜਾਂਦੇ ਵੀ ਤੁਹਾਡੇ ਕੋਲ ਅਗਰ 10,00,000 ਰੁਪਇਆ ਜਾਂ 15,00,000 ਰੁਪਇਆ ਖਾਤੇ 'ਚ ਪਿਆ ਤਾਂ ਵੀਜ਼ਾ ਮਿਲ ਜਾਏਗਾ। ਇਹ ਵੀ ਬੜੇ ਭੁਲੇਖੇ ਲੋਕਾਂ ਵਿੱਚ ਅਫਵਾਹਾਂ ਪਾਈਆਂ ਜਾਂਦੀਆਂ ਵੀ ਤੁਸੀਂ ਪਹਿਲਾਂ ਅਗਰ ਛੋਟੀ ਕੰਟਰੀ ਘੁੰਮੇ ਹੋ ਤਾਂ ਹੀ ਵੱਡੀ ਕੰਟਰੀ ਦਾ ਵੀਜ਼ਾ ਮਿਲਦਾ। ਮੈਂ ਇਸ ਗੱਲ ਨਾਲ 100% ਸਹਿਮਤ ਨਹੀਂ ਹਾਂ। ਯੈਸ, ਇਹਨੀ ਗੱਲ ਜ਼ਰੂਰ ਹੈ ਕਿ ਜੇ ਤੁਸੀਂ ਪਹਿਲਾਂ ਕੋਈ 1-2 ਕੰਟਰੀ ਘੁੰਮੇ ਹੋ ਤਾਂ ਉਹਦਾ ਤੁਹਾਡੇ ਇਮੀਗ੍ਰੇਸ਼ਨ ਹਿਸਟਰੀ 'ਤੇ ਇੰਪੈਕਟ ਜ਼ਰੂਰ ਪੈਂਦਾ, ਫਾਈਲ 'ਤੇ ਫਰਕ ਜ਼ਰੂਰ ਪੈਂਦਾ ਵੀ ਵਾਕਈ ਬੰਦਾ ਪਹਿਲਾਂ 1-2 ਕੰਟਰੀਜ਼ ਘੁੰਮਿਆ। ਬਟ ਅੱਜ ਵੀ ਅਸੀਂ ਇਹੋ ਜਿਹੇ ਹਜ਼ਾਰਾਂ ਵੀਜ਼ੇ ਲੋਕਾਂ ਤੱਕ ਵੰਡੇ ਨੇ ਜਿਹੜੇ ਬੰਦੇ ਪਹਿਲਾਂ ਕਦੀ ਘੁੰਮਣ ਗਏ ਨਹੀਂ ਸੀ। ਹੁਣ ਇਹ ਥੋੜ੍ਹੀ ਕਿ ਜੇ ਕੋਈ ਪਹਿਲਾਂ ਕਿਸੇ ਕੰਟਰੀ ਛੋਟੀ 'ਚ ਨਹੀਂ ਘੁੰਮਣ ਗਿਆ ਅਤੇ ਉਹ ਅਮੈਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ 'ਚ ਕਿਸੇ ਹੋਰ ਮੁਲਕ ਨਹੀਂ ਘੁੰਮਣ ਜਾ ਸਕਦਾ। ਇਟ ਆਲ ਡਿਪੈਂਡ ਤੁਸੀਂ ਆਪਣੇ ਸਰਕਮਸਟਾਂਸਿਸ ਕੀ ਦਿਖਾਉਂਦੇ ਹੋ। ਟੂਰਿਸਟ ਵੀਜ਼ਾ ਕਿਸੇ ਵੀ ਕੰਟਰੀ ਦੁਨੀਆ 'ਚ, ਮੇਰੇ ਖਿਆਲ 214 ਜਾਂ 215 ਮੁਲਕਾਂ ਪੂਰੀ ਦੁਨੀਆ 'ਚ, ਜਿੰਨੇ ਵੀ ਮੁਲਕ ਪੂਰੀ ਦੁਨੀਆ 'ਚ ਹਰ ਕੰਟਰੀ 'ਚ ਘੁੰਮਣ ਜਾ ਸਕਦੇ ਹੋ, ਸਿਰਫ 2 ਚੀਜ਼ਾਂ ਚਾਹੀਦੀਆਂ ਨੇ। ਕੋਈ ਫੰਡ ਦੀ ਲੋੜ ਨਹੀਂ, ਕੋਈ ਸਪੋਂਸਰਸ਼ਿਪ ਦੀ ਲੋੜ ਨਹੀਂ, ਕੋਈ ਟਰੈਵਲਿਸਟ ਦੀ ਲੋੜ ਨਹੀਂ, ਸਿਰਫ 2 ਚੀਜ਼ਾਂ ਪੂਰੀਆਂ ਕਰ ਦਿਓ। ਪਹਿਲੀ ਚੀਜ਼, ਤੁਹਾਡੇ ਜਾਣ ਦਾ ਪਰਪਸ ਕਲੀਅਰ ਹੋਣਾ ਚਾਹੀਦਾ ਵੀਜ਼ਾ ਅਫਸਰ ਨੂੰ। ਥੋੜ੍ਹਾ ਹੋਰ ਡਿਟੇਲ ਸਮਝਾਵਾਂ ਤਾਂ ਵੀਜ਼ਾ ਅਫਸਰ ਨੂੰ ਇਸ ਚੀਜ਼ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਤੁਸੀਂ ਜਿਹੜੀ ਕੰਟਰੀ ਘੁੰਮਣ ਚੱਲੇ ਹੋ ਉੱਥੇ ਜਾਣ ਦਾ ਤੁਹਾਡਾ ਮਕਸਦ ਕੀ ਹੈ। ਘੁੰਮਣਾ ਫਿਰਨਾ, ਰਿਸ਼ਤੇਦਾਰਾਂ ਨੂੰ ਮਿਲਣਾ, ਕੋਈ ਉੱਥੇ ਜਨਮ ਦਿਨ ਵਿਆਹ ਸ਼ਾਦੀ ਅਟੈਂਡ ਕਰਨ ਜਾਣਾ, ਕੋਈ ਗਮੀ ਦਾ ਖੁਸ਼ੀ ਦਾ ਫੰਕਸ਼ਨ ਅਟੈਂਡ ਕਰਨ ਜਾਣਾ, ਜਾਂ ਆਪਣੇ ਪਰਿਵਾਰ ਨਾਲ ਘੁੰਮਣ ਜਾਣਾ, ਜਾਂ ਨਵੇਂ ਵਿਆਹ ਜੋੜੇ ਨੂੰ ਹਨੀਮੂਨ ਮਨਾਉਣ ਜਾਣਾ, ਜਾਂ ਦੋਸਤਾਂ ਨਾਲ ਆਪਣੀ ਹੋਲੀਡੇ ਸਪੈਂਡ ਕਰਨ ਜਾਣਾ, ਤੁਹਾਡਾ ਮਕਸਦ ਕੀ ਹੈ ਉਹ ਕਲੀਅਰ ਹੋਣਾ ਚਾਹੀਦਾ। ਉਹਦੀ ਕਲੈਰਿਟੀ ਨਾ ਹੋਣ ਕਰਕੇ ਵੀਜ਼ੇ ਰਿਫਿਊਜ਼ ਹੁੰਦੇ ਆ। ਦੂਜਾ ਕਾਰਨ, ਤੁਸੀਂ ਵਾਪਸ ਆਪਣੀ ਕੰਟਰੀ 'ਚ ਵਾਪਸ ਆਓਗੇ, ਆਪਣੇ ਹੋਮ ਟਾਊਨ 'ਚ ਵਾਪਸ ਆਓਗੇ, ਉਹਦੀ ਸ਼ਿਓਰਿਟੀ, ਉਹਦੀ ਗਰੰਟੀ ਐਂਡ ਉਹਦੀ ਖਿੱਚ ਕੀ ਇੰਡੀਆ 'ਚ? ਹੁਣ ਉਹ ਖਿੱਚ ਜਾਂ ਗਰੰਟੀ ਜਾਂ ਸ਼ਿਓਰਿਟੀ ਵੀਜ਼ਾ ਅਫਸਰ ਨੂੰ ਕੀ ਹੋ ਸਕਦੀ ਹੈ? 2-3 ਤਰ੍ਹਾਂ ਦੀਆਂ ਚੀਜ਼ਾਂ ਵੀਜ਼ਾ ਅਫਸਰ ਚੈੱਕ ਕਰਦਾ। ਪਹਿਲੀ, ਬੰਦੇ ਦੇ ਫਾਈਨੈਂਸ਼ੀਅਲ ਸਰਕਮਸਟਾਂਸਿਸ, ਯਾਨੀ ਕਿ ਆਰਥਿਕ ਹਾਲਾਤ, ਕਿ ਬੰਦੇ ਦੀ ਇੱਥੇ ਆਮਦਨ, ਇੱਥੇ ਜਿਹੜਾ ਉਹਦਾ ਸੋਰਸ ਆਫ ਜਿਹੜਾ ਇਨਕਮ ਹੈ ਉਹ ਇੰਨਾ ਕੁ ਸਟਰੋਂਗ ਹੈਗਾ ਕਿ ਉਹਨੂੰ ਵਾਪਸ ਹੋਣ ਲਈ ਮਜਬੂਰ ਕਰੇ। ਫੋਰ ਐਗਜ਼ਾਮਪਲ, ਕੋਈ ਗਵਰਨਮੈਂਟ ਇੰਪਲਾਈ ਹੈ, ਕਿਸੇ ਦਾ ਆਪਣਾ ਇੱਥੇ ਬਿਜ਼ਨਸ ਹੈ, ਕਿਸੇ ਦਾ ਆਪਣੀ ਇੱਥੇ ਖੇਤੀਬਾੜੀ ਦਾ ਕੰਮ ਕਰਦਾ, ਐਗਰੀਕਲਚਰ ਦਾ ਕੰਮ ਕਰਦਾ, ਕੋਈ ਆਪਣਾ ਇੱਥੇ ਡੇਅਰੀ ਫਾਰਮ ਚਲਾਉਂਦਾ, ਕੋਈ ਆਪਣੀ ਇੱਥੇ ਦੁਕਾਨਦਾਰੀ ਕਰਦਾ, ਜਾਂ ਕੋਈ ਆਪਣੀ ਇੱਥੇ ਜੋਬ ਕਰਦਾ, ਉਹ ਸਬੂਤ ਕਿ ਮੈਂ ਇਹ ਜੋਬ, ਇਹ ਬਿਜ਼ਨਸ, ਇਹ ਖੇਤੀਬਾੜੀ ਜਾਂ ਆਪਣਾ ਇਹ ਕੰਮ ਧੰਦਾ ਵਾਪਸ ਆ ਕੇ ਫਿਰ ਜੁਆਇਨ ਕੰਟੀਨਿਊ ਕਰਨਾ, 15-20 ਦਿਨ ਨਹੀਂ ਸਿਰਫ ਘੁੰਮਣ ਚੱਲਿਆ। ਦੂਜਾ, ਸੋਸ਼ਲ ਸਰਕਮਸਟਾਂਸ, ਸਮਾਜਿਕ ਹਾਲਾਤ ਕੀ ਹੈ ਵੀ ਇੰਡੀਆ ਵਿੱਚ ਉਹਦਾ ਕੋਈ ਇੱਥੇ ਪਰਿਵਾਰ, ਕੋਈ ਬੀਵੀ, ਬੱਚੇ, ਕੋਈ ਮਗਰ ਮਾਂ ਪਿਓ ਹੈ ਜਿਨ੍ਹਾਂ ਨੇ ਕਰਕੇ ਵਾਪਸ ਆਏਗਾ? ਹੁਣ ਇੱਕ ਜਿਹੜਾ ਪਰਿਵਾਰ ਵਾਲਾ ਬੰਦਾ, ਜਿਹਦੀ ਵਾਈਫ ਹੈ, 2 ਬੱਚੇ ਹੈ, ਉਹਦੇ ਮਾਂ ਪਿਓ ਉਹਦੇ 'ਤੇ ਡਿਪੈਂਡ ਕਰ ਰਿਹਾ, ਉਹ ਬੰਦਾ ਵਾਪਸ ਆਪਣੇ ਪਰਿਵਾਰ ਕਰਕੇ ਆਏਗਾ। ਸੋ ਸਮਾਜਿਕ ਹਾਲਾਤ ਅਤੇ ਫਾਈਨੈਂਸ਼ੀਅਲ, ਜਾਣੀ ਕਿ ਆਰਥਿਕ ਹਾਲਾਤ, ਇਹ ਵੀਜ਼ਾ ਅਫਸਰ ਨੂੰ ਕਨਵਿੰਸ ਕਰਦੇ ਨੇ ਕਿ ਇਹ ਇੱਕ ਜੈਨੂਨ ਵਿਜ਼ਟਰ ਆ, ਘੁੰਮ ਕੇ ਵਾਪਸ ਆਏਗਾ। ਸੋ ਜੇ ਤੁਹਾਡੇ ਕੋਲ ਜਾਣ ਦੀ ਰੀਜ਼ਨ ਕਲੀਅਰ ਹੈ ਅਤੇ ਵਾਪਸ ਆਉਣ ਦੀ ਰੀਜ਼ਨ ਕਲੀਅਰ ਹੈ, ਫਿਰ ਵੀਜ਼ਾ ਅਫਸਰ ਵੀਜ਼ਾ ਦਿੰਦਾ ਹੈ। ਬਾਕੀ ਫੰਡ ਸ਼ੋਅ ਕਰਨਾ ਜਾਂ ਸਪੋਂਸਰਸ਼ਿਪ ਹੋਣਾ ਜਾਂ ਨਾ ਹੋਣਾ, ਜਾਂ ਪਹਿਲਾਂ ਕਿਸੇ ਛੋਟੀ ਕੰਟਰੀ
ਪਹਿਲਾਂ ਟਰੈਵਲ ਹਿਸਟਰੀ ਹੋਣੀ ਜ਼ਰੂਰੀ ਨਹੀਂ ਹੈ, ਬਟ ਯੈਸ ਜਿਹੜੀ ਮੈਂ ਦੋ ਗੱਲਾਂ ਦੱਸ ਕੇ ਹਟਿਆ, ਜਾਣ ਦਾ ਕਾਰਨ ਅਤੇ ਵਾਪਸ ਹੋਣ ਦੀ ਰੀਜ਼ਨ, ਇਹ ਤੁਹਾਨੂੰ ਸਾਬਤ ਜ਼ਰੂਰ ਕਰਨਾ ਪਏਗਾ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲੈਣ ਦੇ ਲਈ। ਉਹਦੇ 'ਚ ਮੈਂ ਅਤੇ ਮੇਰੀ ਐਕਸਪਰਟ ਟੀਮ ਤੁਹਾਡੀ ਮਦਦ ਕਰਾਂਗੇ ਕਿ ਤੁਸੀਂ ਜਾਣ ਦਾ ਕਾਰਨ ਵੀਜ਼ਾ ਆਫਿਸ ਨੂੰ ਕਿਵੇਂ ਕਲੀਅਰ ਕਰਨਾ ਅਤੇ ਵਾਪਸ ਹੋਣ ਦੀ ਖਿੱਚ ਜਿਹੜੀ ਇੰਡੀਆ 'ਚ ਵਾਪਸ ਹੈ ਉਹ ਕਿਵੇਂ ਕਲੀਅਰ ਕਰਨੀ ਹੈ। ਸੋ ਇਟਸ ਆਲ ਅਬਾਊਟ ਫਾਈਲਿੰਗ ਪਲੱਸ ਕਵਰਿੰਗ ਲੈਟਰ ਜਿਹੜੀ ਬਣਾਈ ਜਾਂਦੀ ਹੈ ਵੀਜ਼ਾ ਆਫਿਸਰ ਮੂਹਰੇ ਪੇਸ਼ ਕੀਤੀ ਜਾਂਦੀ ਹੈ ਕਿ ਮੈਂ ਕੌਣ ਹਾਂ, ਮੇਰੇ ਇੱਥੇ ਇਨਕਮ ਕੀ ਹੈ, ਮੇਰੇ ਪਰਿਵਾਰ 'ਚ ਇੱਥੇ ਕੌਣ ਕੌਣ ਹੈ, ਔਰ ਮੈਂ ਕਿੰਨੇ ਦਿਨਾਂ ਲਈ ਕਿੱਥੇ ਘੁੰਮਣ ਚੱਲਿਆ, ਉਸ ਕੰਟਰੀ ਦਾ ਮੈਂ ਜਿਹੜਾ ਟੂਰਿਸਟ ਜਿਹੜਾ ਉਹ ਐਕਸਪਲੋਰ ਕਰਨੀ ਹੈ ਕੰਟਰੀ ਨੂੰ ਘੁੰਮਣ, ਜਿਹੜਾ ਵਿਜ਼ਿਟਰ ਉਹ ਮੈਂ ਕੀ ਦੇਖਣਾ ਚਾਹੁੰਦਾ, ਕਿੱਥੇ ਕਿੱਥੇ ਜਾ ਕੇ ਮੈਂ ਕਿੱਥੇ ਕਿੱਥੇ ਹੋਟਲ ਬੁੱਕ ਕਰਵਾਏ ਆ, ਜਾਂ ਮੈਂ ਵਾਪਸ ਆਊਂਗਾ ਇਹਦੀ ਇੰਡੀਆ 'ਚ ਖਿੱਚ ਕੀ ਹੈ, ਇਹ ਸਭ ਚੀਜ਼ਾਂ ਅਸੀਂ ਕਵਰਿੰਗ ਲੈਟਰ 'ਚ ਐਕਸਪਲੇਨ ਕਰਦੇ ਹਾਂ ਜਿਹਦੇ ਬੇਸਿਸ 'ਤੇ ਤੁਹਾਨੂੰ ਵੀਜ਼ਾ ਮਿਲਦਾ। ਪਲੱਸ ਇੰਨਾ ਜ਼ਰੂਰ ਹੈ ਕਿ ਤੁਹਾਡੀ ਇੱਥੇ ਆਮਦਨ ਹੋਣੀ ਜ਼ਰੂਰੀ ਹੈ। ਜੇ ਤੁਸੀਂ ਸੋਚਦੇ ਹੋ ਕਿ ਇੱਥੇ ਮੈਂ ਕੰਮ ਕਾਰ ਕੋਈ ਨਹੀਂ ਕਰਦਾ, ਬਿਜ਼ਨਸ ਕੋਈ ਨਹੀਂ ਕਰਦਾ, ਨੌਕਰੀ ਪੇਸ਼ਾ ਕੋਈ ਨਹੀਂ ਕਰਦਾ, ਐਗਰੀਕਲਚਰ ਕੁਛ ਨਹੀਂ ਹੈਗਾ, ਫਿਰ ਟੂਰਿਸਟ ਵੀਜ਼ਾ ਮਿਲਣਾ ਔਖਾ, ਕਿਉਂਕਿ ਵੀਜ਼ਾ ਆਫਿਸਰ ਨੇ ਵੀ ਦੇਖਣਾ ਹੈ ਕਿ ਅਗਰ ਇਹ ਅਮੈਰੀਕਾ ਘੁੰਮਣ ਚੱਲਿਆ 1.5 ਲੱਖ ਦੀ ਤਾਂ ਆਉਣ ਜਾਣ ਦੀ ਟਿਕਟ ਹੀ ਹੈ, ਪਲੱਸ ਅਗਰ ਜਾ ਕੇ 10 ਦਿਨ ਕਿਸੇ ਹੋਟਲ ਸਟੇ ਕਰ ਰਿਹਾ, ਘੱਟੋ ਘੱਟ 1-1.5 ਲੱਖ ਰੁਪਏ ਖਰਚਾ ਹੋਟਲਾਂ ਦਾ, ਰਹਿਣ ਦਾ, ਖਾਣ ਪੀਣ ਦਾ ਆ ਜਾਣਾ, ਕਿ ਬੰਦੇ ਕੋਲ 3-4 ਲੱਖ ਰੁਪਏ ਖਰਚਣ ਦੀ ਕੈਪੈਸਿਟੀ ਹੈਗੀ ਹੈ। ਹੁਣ ਜੇ ਤੁਹਾਡੀ ਸਾਲ ਦੀ ਆਮਦਨ 2-3 ਲੱਖ ਰੁਪਏ ਆ ਅਤੇ 3 ਲੱਖ ਰੁਪਏ ਤੁਸੀਂ ਉਸ 10 ਦਿਨ ਦੇ ਵਿਜ਼ਿਟ 'ਤੇ ਟ੍ਰਿਪ 'ਤੇ ਖਰਚ ਰਹੇ ਹੋ, ਤਾਂ ਵੀਜ਼ਾ ਅਫਸਰ ਵੀ ਦੇਖਦਾ ਕਿ ਬਾਕੀ ਸਾਰਾ ਸਾਲ ਬੰਦੇ ਨੇ ਰੋਟੀ ਕਿੱਥੋਂ ਖਾਣੀ ਹੈ। ਸੋ ਇਹਨਾਂ ਸਭ ਚੀਜ਼ਾਂ ਦੀ ਕਲੈਰਟੀ ਹੋਣੀ ਜ਼ਰੂਰੀ ਹੈ। ਸੋ ਇਟਸ ਆਲ ਅਬਾਊਟ ਫਾਈਲਿੰਗ, ਵੀ ਜਿਹੜਾ ਤੁਹਾਡਾ ਕੰਸਲਟੈਂਟ ਹੈ ਉਹ ਤੁਹਾਡੀ ਫਾਈਲ ਕਿਵੇਂ ਭਰ ਰਿਹਾ। ਸੋ ਆਫਿਸ ਜਦੋਂ ਕਲਾਇੰਟਸ ਮਿਲਦੇ ਨੇ ਅਤੇ ਉਹ ਕਹਿੰਦੇ ਤੁਸੀਂ ਫਾਈਲ ਭਰਨ ਦਾ 25,000 ਦਿੰਦੇ ਹੋ, ਇਹ ਫਾਈਲ ਤਾਂ 5,000 'ਚ ਵੀ ਬੰਦੇ ਭਰ ਦਿੰਦੇ। ਮੈਂ ਕਹਿੰਦਾ ਜੀ ਉਹ ਫਾਈਲ 500 ਰੁਪਏ 'ਚ ਭਰੀ ਜਾਂਦੀ ਹੈ, ਬਟ ਡਿਪੈਂਡ ਕਰਦਾ ਜਿਹੜਾ ਕੰਸਲਟੈਂਟ ਫਾਈਲ ਤੁਹਾਡੀ ਭਰ ਰਿਹਾ ਉਹ ਤੁਹਾਡੀਆਂ 2 ਚੀਜ਼ਾਂ ਵੀਜ਼ਾ ਆਫਿਸ ਨੂੰ ਕਲੀਅਰ ਕਰ ਰਿਹਾ ਕਿ ਨਹੀਂ, ਜਾਣ ਦਾ ਕਾਰਨ ਅਤੇ ਵਾਪਸ ਹੋਣ ਦੀ ਰੀਜ਼ਨ। ਬਟ ਨਵੇਂ ਸਾਲ ਦੀ ਇਸ ਔਫਰ 'ਤੇ 25,000 ਤੋਂ ਘਟਾ ਕੇ ਕੇਵਲ ਅਤੇ ਕੇਵਲ 4,999, ਯਾਨੀ ਕਿ 1 ਰੁਪਏ ਘੱਟ, 5,000 ਅਸੀਂ ਐਕਸਾਈਟਿੰਗ ਔਫਰ ਰੱਖੀ ਆ ਟਿਲ 31 ਜਨਵਰੀ 2019। ਇਸ ਐਕਸਾਈਟਿੰਗ ਔਫਰ ਨੂੰ ਤੁਸੀਂ ਅਵੇਲ ਕਰ ਸਕਦੇ ਹੋ। ਆਪਣਾ ਆਪਣੇ ਪਰਿਵਾਰ ਨਾਲ ਕਿਸੇ ਵੀ ਕੰਟਰੀ ਘੁੰਮਣ ਜਾਣ ਦਾ ਜਿਹੜਾ ਸੁਪਨਾ ਹੈ ਉਹ ਸਿਰਫ ਅਤੇ ਸਿਰਫ 4,999 ਪੂਰਾ ਕੀਤਾ ਜਾ ਸਕਦਾ, ਚਾਹੇ ਤੁਹਾਡੇ ਕੋਲ ਸਪੋਂਸਰਸ਼ਿਪ ਹੈ ਜਾਂ ਨਹੀਂ ਹੈ, ਚਾਹੇ ਤੁਹਾਡੇ ਕੋਲ ਪਹਿਲਾਂ ਟਰੈਵਲ ਹਿਸਟਰੀ ਹੈ ਜਾਂ ਨਹੀਂ ਹੈ। ਜੀ ਦਰਸ਼ਕੋ, ਟੂਰਿਸਟ ਵੀਜ਼ਾ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ, ਨੰਬਰ ਹੈ 70509 70509 70509 70509, ਨੰਬਰ ਤੁਹਾਡੀ ਸਕਰੀਨ 'ਤੇ ਵੀ ਆ ਰਿਹਾ। ਹੋਰ ਜਾਣਕਾਰੀ ਲੈਣ ਲਈ ਤੁਸੀਂ ਆਰ ਐੱਸ ਗਲੋਬਲ ਦਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ। ਸਰ ਹੁਣ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਦੀ। ਕੈਨੇਡਾ ਦਾ ਜੈਨਵਰੀ ਇਨਟੇਕ ਖਤਮ ਹੋ ਚੁੱਕਿਆ, ਬਹੁਤ ਸਾਰੀ ਰਿਫਿਊਜ਼ਲਸ ਵੀ ਆਈਆਂ ਪਿਛਲੇ ਸਾਲ ਬੱਚਿਆਂ ਦੀ, ਉਹਨਾਂ ਬੱਚਿਆਂ ਨੂੰ ਤੁਸੀਂ ਕੀ ਐਡਵਾਈਸ ਕਰੋਗੇ, ਰੀਅਪਲਾਈ ਕਰਨ ਜਾਂ ਕੰਟਰੀ ਚੇਂਜ ਕਰਨ? ਦੇਖੋ ਅੰਮ੍ਰਿਤਸਰ, ਜਿੱਥੋਂ ਤੱਕ ਕੈਨੇਡਾ ਦਾ ਸਵਾਲ ਹੈ, ਮੈਂ ਅੱਗੇ ਵੀ ਇਸ ਮੰਚ 'ਤੇ ਕਾਫੀ ਵਾਰ ਲੋਕਾਂ ਨੂੰ ਡਿਟੇਲ 'ਚ ਜਾਣਕਾਰੀ ਦੇ ਚੁੱਕਿਆ, ਬਟ ਫਿਰ ਵੀ ਅੱਜ ਉਹ ਨਵੇਂ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਆ, ਉਹਨਾਂ ਨੂੰ ਇਹਨਾਂ 'ਚ ਦੱਸਾਂ ਕਿ ਪਿਛਲੇ 6 ਤੋਂ 8 ਹਫ਼ਤੇ 2 ਕੁ ਮਹੀਨਿਆਂ ਤੋਂ ਕੈਨੇਡਾ ਦੇ ਸਟੂਡੈਂਟ ਵੀਜ਼ੇ 'ਚ ਕਾਫੀ ਗਿਰਾਵਟ ਆਈ ਆ, ਕਾਫੀ ਵੀਜ਼ੇ ਰਿਫਿਊਜ਼ ਹੋਏ, ਐਂਡ ਜਿਹੜੇ ਉਹਦੇ ਵੀਜ਼ੇ ਰਿਫਿਊਜ਼ ਹੋਏ ਅੰਮ੍ਰਿਤਾ, ਉਹ ਵੀਜ਼ੇ ਰਿਫਿਊਜ਼ ਹੋਏ ਨੇ ਨੋਨ SDS ਕੈਟੇਗਰੀ ਦੇ, ਯਾਨੀ ਕਿ ਜਿਨ੍ਹਾਂ ਬੱਚਿਆਂ ਦੇ ਓਵਰਆਲ 6 ਬੈਂਡ ਹੈ ਬਟ ਕਿਸੇ ਇੱਕ ਮੋਡਿਊਲ 'ਚੋਂ 5.5 ਰਹਿ ਗਏ ਜਾਂ ਕਿਸੇ ਇੱਕ ਮੋਡਿਊਲ 'ਚੋਂ 5 ਬੈਂਡ ਰਹਿ ਗਏ, ਉਹਨਾਂ 'ਚ ਸਕਸੈਸ ਰੇਟ ਜਿਹੜਾ ਲਗਭਗ 90% ਤੋਂ ਘੱਟ ਕੇ ਉਹ 30-40% ਰਹਿ ਗਿਆ। ਹੁਣ ਆਮ ਤੌਰ 'ਤੇ ਹਰ ਇੱਕ ਮੰਚ 'ਤੇ ਹਰ ਕੋਈ ਕੰਸਲਟੈਂਟ ਜਾਂ ਕਿਸੇ ਫੇਸਬੁੱਕ ਰਾਹੀਂ ਜਾਂ ਕਿਸੇ ਸੋਸ਼ਲ ਮੀਡੀਆ ਰਾਹੀਂ ਸਿਰਫ SDS ਅਤੇ ਨੋਨ SDS ਕੈਟੇਗਰੀ ਦੀ ਗੱਲ ਕਰਦਾ, ਪਰ ਅੱਜ ਇਸ ਮੰਚ 'ਤੇ ਮੈਂ ਥੋੜ੍ਹਾ ਹੋਰ ਡਿਟੇਲ 'ਚ ਦੱਸਾਂਗਾ ਕਿ ਸਿਰਫ SDS ਨੋਨ SDS ਕੈਟੇਗਰੀ ਨਹੀਂ ਹੁੰਦੀ ਕੈਨੇਡਾ 'ਚ, ਤੀਜੀ ਕੈਟੇਗਰੀ ਇੱਕ ਹੋਰ ਹੈ ਜਿਹਨੂੰ ਆਪਾਂ ਯੂਨੀਵਰਸਿਟੀ ਕੈਟੇਗਰੀ ਕਹਿੰਦੇ ਹਾਂ। ਸੋ ਕੈਨੇਡਾ ਪੜ੍ਹਨ ਜਾਣ ਵਾਲੇ ਸਟੂਡੈਂਟ ਲਈ 3 ਆਪਸ਼ਨ ਹੈ, ਨੰਬਰ 1 ਇਜ਼ ਯੂਨੀਵਰਸਿਟੀ ਕੈਟੇਗਰੀ, ਨੰਬਰ 2 ਇਜ਼ SDS ਕੈਟੇਗਰੀ, ਨੰਬਰ 3 ਇਜ਼ ਨੋਨ SDS ਕੈਟੇਗਰੀ। ਸੋ ਜਿਸ ਬੱਚੇ ਦੇ 6 ਬੈਂਡ ਓਵਰਆਲ ਨੇ, ਕਿਸੇ ਇੱਕ 'ਚੋਂ 5-5.5 ਹੈ, ਮੈਂ ਰਿਕਮੈਂਡ ਕਰਾਂਗਾ ਕਿ ਉਹ ਕਿਸੇ ਚੰਗੀ ਯੂਨੀਵਰਸਿਟੀ ਦਾਖਲ ਲਵੇ। ਇਸ ਮੰਚ 'ਤੇ ਮੈਂ ਵੀ ਅੱਜ ਡਿਟੇਲ 'ਚ ਦੱਸ ਦਿਆਂ ਕਿ ਅਗਰ ਕੋਈ ਵਿਦਿਆਰਥੀ ਬਿਨਾਂ ਆਇਲਟਸ ਤੋਂ ਕੈਨੇਡਾ ਪੜ੍ਹਨ ਜਾਣਾ ਚਾਹੁੰਦਾ ਉਹ ਵੀ ਜਾ ਸਕਦਾ, ਬਟ ਗੱਲ ਪੂਰੀ ਸੁਣ ਲਿਓ, ਇੰਨੀ ਕੁ ਸੁਣ ਕੇ ਫੋਨ ਨਾ ਖੜਕਾ ਦਿਓ ਵੀ ਵਿਦਾਊਟ ਆਇਲਸ ਰਾਹੀ ਨੇ ਬੋਲਤਾ, ਵਿਦਾਊਟ ਆਇਲਸ ਕਿਹੜਾ ਬੱਚਾ ਅਪਲਾਈ ਕਰ ਸਕਦਾ? ਕਿਉਂਕਿ ਅੱਜ ਵੀਜ਼ਾ ਲੈਣਾ ਸੌਖਾ, ਏਅਰਪੋਰਟ 'ਤੇ ਜਦੋਂ ਉਹਨੇ ਸਵਾਲ ਪੁੱਛਣੇ ਆ ਤਾਂ ਅੰਗਰੇਜ਼ੀ ਬੋਲਣੀ ਨਾ ਆਉਂਦੀ ਹੋਈ, ਸਵਾਲ ਦੇ ਜਵਾਬ ਦੇ ਨਾ ਆਉਂਦੇ ਹੋਏ, ਤਾਂ ਉੱਥੋਂ ਸਿੱਧਾ ਵਾਪਸ ਆ ਜਾਓਗੇ ਬਰੰਗ ਚਿੱਠੀ ਵਾਂਗੂ। ਸੋ ਵਿਦਾਊਟ ਆਇਲਸ ਉਹ ਵਾਲਾ ਵਿਦਿਆਰਥੀ ਅਪਲਾਈ ਕਰ ਸਕਦਾ ਕੈਨੇਡਾ ਜਿਹੜੇ ਬੱਚੇ ਦੇ ਅਕੈਡਮਿਕਲੀ 70% ਉੱਪਰ ਨੰਬਰ ਆ। ਵੈਸੇ ਨੋਰਮਲੀ 60% ਮੰਗਦੀਆਂ ਯੂਨੀਵਰਸਿਟੀ, ਬਟ ਫਿਰ ਵੀ ਮੈਂ ਆਪਣਾ ਇੱਕ ਅਲੱਗ ਕ੍ਰਾਈਟੀਰੀਆ ਰੱਖਿਆ ਕਿ 70% ਜਿਸ ਬੱਚੇ ਨੰਬਰ ਹੈ ਐਂਡ ਉਹਦੀ ਪਿਛਲੀ ਸਾਰੀ ਪੜ੍ਹਾਈ, ਜੇ ਉਹ ਪਲੱਸ 2 ਪੜ੍ਹਿਆ ਜਾਂ ਗ੍ਰੈਜੂਏਸ਼ਨ ਕੀਤੀ ਹੈ, ਸਾਰੀ ਸਕੂਲਿੰਗ ਜਾਂ ਕਾਲਜ ਜਿਹੜੀ ਪੜ੍ਹਾਈ ਬੱਚੇ ਨੇ ਕੀਤੀ ਉਹ ਸਾਰੀ ਇੰਗਲਿਸ਼ ਮੀਡੀਅਮ ਪੜ੍ਹੀ ਹੈ, ਸਾਨੂੰ ਕਾਲਜ ਤੋਂ ਜਾਂ ਸਕੂਲ ਤੋਂ ਲੈਟਰ ਚਾਹੀਦਾ ਹੋਏਗਾ, MOA ਲੈਟਰ ਮੀਡੀਅਮ ਆਫ ਇੰਸਟਰਕਸ਼ਨ ਜਿਹੜਾ ਇੰਗਲਿਸ਼ ਬੱਚੇ ਨੇ ਪੜ੍ਹਿਆ, ਉਹ ਬੱਚਾ ਵਿਦਾਊਟ ਆਇਲਸ ਮੇਰੇ ਕੋਲ ਅੰਟੈਰੀਓ ਦੀਆਂ, ਮੇਰੇ ਕੋਲ ਬ੍ਰਿਟਿਸ਼ ਕੋਲੰਬੀਆ ਦੀਆਂ 4 ਯੂਨੀਵਰਸਿਟੀਜ਼ ਅਵੇਲੇਬਲ ਆ ਜਿਹੜੀਆਂ ਬਿਨਾਂ ਆਇਲਸ ਤੋਂ ਬੱਚੇ ਨੂੰ ਦਾਖਲਾ ਦਿੰਦੀਆਂ। ਐਂਡ ਅਗਰ ਉਹ ਬੱਚੇ ਦੇ ਨੰਬਰ 70% ਹੈ, ਉਹ ਬੱਚਾ ਇੰਗਲਿਸ਼ ਮੀਡੀਅਮ ਪੜ੍ਹਿਆ, ਤਾਂ ਡੈਫੀਨੇਟਲੀ ਉਹ ਬੱਚਾ ਵੀਜ਼ਾ ਵੀ ਲੈ ਸਕਦਾ ਅਤੇ ਏਅਰਪੋਰਟ 'ਤੇ 4 ਛੱਡ ਕੇ 40 ਸਵਾਲ ਵੀਜ਼ਾ ਅਫਸਰ ਪੁੱਛ ਲਏ, ਉਹ ਵੀਜ਼ਾ
ਤੁਹਾਡੇ ਨੰਬਰ 70% ਉੱਪਰ ਹੋਣ ਅਤੇ ਇੰਗਲਿਸ਼ ਮੀਡੀਅਮ ਪੜ੍ਹੇ ਹੋ। ਬਟ ਹੁਣ ਮੈਂ ਗੱਲ ਉਹਨਾਂ ਬੱਚਿਆਂ ਦੀ ਕਰ ਰਿਹਾ ਜਿਹਨਾਂ ਦੇ 5.5 ਬੈਂਡ ਆ ਜਾਂ ਜਿਹਨਾਂ ਦੇ 6 ਬੈਂਡ ਆ, ਉਹਨਾਂ ਲਈ ਦੋ ਰਸਤੇ ਨੇ। ਜਾਂ ਤਾਂ ਆਪਣੀ ਆਇਲਟਸ ਇੰਪਰੂਵ ਕਰਨ, ਅਸੀਂ ਉਹਨਾਂ ਸਾਰੇ ਬੱਚਿਆਂ ਨੂੰ RS ਗਲੋਬਲ ਸਕੂਲ ਆਫ ਲੈਂਗੁਏਜ ਵਿੱਚ ਫ੍ਰੀ 'ਚ ਆਇਲਟਸ ਕਰਾ ਰਹੇ ਹਾਂ। ਫ੍ਰੀ 'ਚ ਮਤਲਬ ਕਿ ਅਸੀਂ ਜਿਹੜੇ ਬੱਚੇ ਸਾਡੇ ਤੋਂ ਰਜਿਸਟਰ ਨੇ ਅਸੀਂ ਉਹਨਾਂ ਬੱਚਿਆਂ ਨੂੰ ਪਹਿਲਾਂ ਪੈਸੇ ਲੈਂਦੇ ਹਾਂ, ਮੁੜ ਕੇ ਆਇਲਟਸ ਦੀ ਫੀਸ ਅਸੀਂ ਆਪਣੇ ਕੇਸ ਵਿੱਚ ਲੈਸ ਕਰ ਦਿੰਦੇ ਹਾਂ। ਸੋ ਬੱਚਾ ਸਾਡੇ ਵੱਲੋਂ ਆਇਲਟਸ ਫ੍ਰੀ ਪੜ੍ਹ ਰਿਹਾ, ਉਹ 1 ਮਹੀਨਾ 2 ਮਹੀਨਾ ਸਾਡੇ ਤੋਂ ਆਇਲਟਸ ਇੰਪਰੂਵ ਕਰਦਾ, ਉਸ ਬੱਚੇ ਨੂੰ ਅਸੀਂ 6 ਮਹੀਨੇ 'ਚ ਲੈ ਕੇ ਦਿੰਦੇ ਹਾਂ। ਉਹ ਕਿਵੇਂ? ਕਿਉਂਕਿ ਅਸੀਂ 4 ਮਡਿਊਲਸ ਨੇ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ। ਉਹਨਾਂ 4 ਮਡਿਊਲਸ ਵਿੱਚੋਂ ਜਿਹੜਾ 1 ਮਡਿਊਲ ਬੱਚਾ ਵੀਕ ਰਹਿ ਰਿਹਾ, ਫੋਰ ਐਗਜ਼ਾਮਪਲ 1 ਬੱਚਾ, ਉਹਦੇ ਸਪੀਕਿੰਗ 'ਚੋਂ ਬਾਰ ਬਾਰ 5.5 ਰਹਿ ਰਿਹਾ, ਬਾਕੀਆਂ 'ਚੋਂ 6 5.5 ਆ ਰਿਹਾ, ਜਾਂ ਕਿਸੇ ਦੀ ਰਾਈਟਿੰਗ 'ਚੋਂ ਨੰਬਰ ਘੱਟ ਰਹਿ ਰਿਹਾ, ਅਸੀਂ ਉਸ ਬੱਚੇ ਨੂੰ ਉਹ ਮਡਿਊਲ ਐਕਸਟਰਾ ਪੜ੍ਹਾ ਰਹੇ ਹਾਂ। ਉਸ 4 ਘੰਟੇ ਦੀ ਕਲਾਸ ਤੋਂ ਇਲਾਵਾ 2 ਘੰਟੇ ਦੀ ਐਕਸਟਰਾ ਸੈਸ਼ਨ, ਐਕਸਟਰਾ ਬੈਚ ਬੱਚੇ ਨੂੰ ਪ੍ਰੋਵਾਈਡ ਕਰ ਰਹੇ ਹਾਂ। ਜਿਹੜਾ ਮਡਿਊਲ ਬੱਚੇ ਦਾ ਵੀਕ ਹੈ, ਉਸ 'ਚ ਉਹਨੂੰ ਐਕਸਟਰਾ ਟਿਪਸ, ਸਟ੍ਰੈਟਜੀ ਸਮਝਾਈ ਜਾ ਰਹੀਆਂ ਨੇ, ਉਹਨੂੰ ਸਪੈਸ਼ਲ ਅਟੈਂਸ਼ਨ ਦਿੱਤੀ ਜਾ ਰਹੀ ਹੈ ਜਿਹੜਾ ਉਹਦਾ ਵੀਕ ਮਡਿਊਲ ਆ। ਫੋਰ ਐਗਜ਼ਾਮਪਲ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਆ, ਉਹਦਾ ਸਿਰ ਪੀੜ ਦੁੱਖ, ਉਹਦਾ ਸਿਰ ਪੀੜ ਹੁੰਦੀ ਆ ਜਾਂ ਢਿੱਡ ਪੀੜ ਹੁੰਦੀ ਆ, ਜਾਂ ਕੋਈ ਵੀ ਪ੍ਰੋਬਲਮ ਆ, ਅਗਰ ਉਹ ਬੰਦਾ ਉਹਦੀ ਦਵਾਈ ਖਾ ਲੇਗਾ ਤਾਂ ਉਹਦੀ ਪ੍ਰੋਬਲਮ ਦੂਰ ਹੋ ਜਾਏਗੀ। ਸੋ ਸੇਮ ਜਿਹੜੇ ਮਡਿਊਲ 'ਚ ਉਹਦੀ ਜਿਹੜੀ ਬੱਚੇ ਦੀ ਵੀਕਨੈਸ ਆ, ਜੋ ਪ੍ਰੋਬਲਮ ਹੈ, ਉਸ ਪ੍ਰੋਬਲਮ ਦੂਰ ਕਰਕੇ ਉਹ ਸਪੈਸ਼ਲ ਟ੍ਰੀਟਮੈਂਟ ਬੱਚੇ ਨੂੰ ਦਿੱਤੀ ਜਾ ਰਹੀ ਹੈ। ਸੋ ਪਹਿਲਾ ਤਾਂ ਰਸਤਾ ਉਹ ਬੱਚਾ ਆਇਲਟਸ 6 ਈਚ ਲਵੇ, ਸਾਡੇ ਤੋਂ ਆਇਲਟਸ ਇੰਪਰੂਵ ਕਰੇ, ਅਸੀਂ ਬਿਨਾਂ ਕੋਈ ਕੋਚਿੰਗ ਫੀਸ ਲਏ ਬੱਚੇ ਨੂੰ ਆਇਲਟਸ ਕਰਵਾ ਕੇ ਕੈਨੇਡਾ ਰੀਪਲੇ ਕਰਾਂਗੇ। ਬਟ ਫਿਰ ਵੀ ਬੱਚਾ ਗਿਵ ਅਪ ਕਰ ਚੁੱਕਾ ਜੀ, ਨਹੀਂ ਮੈਂ ਹੁਣ 5.5 ਤੋਂ ਵੱਧ ਬੈਂਡ ਨਹੀਂ ਲੈ ਸਕਦਾ ਜਾਂ ਮੈਂ 6 ਈਚ ਨਹੀਂ ਲੈ ਸਕਦਾ, ਉਹ ਬੱਚਾ ਕਿਸੇ ਯੂਨੀਵਰਸਿਟੀ ਕੈਟਾਗਰੀ 'ਚ ਅਪਲਾਈ ਕਰੇ। ਅੱਜ RS ਗਲੋਬਲ ਦੇ ਕੋਲ ਤਕਰੀਬਨ 12-13 ਇਹੋ ਜਿਹੀ ਯੂਨੀਵਰਸਿਟੀਜ਼ ਨੇ ਜਿਹੜੀਆਂ ਬੱਚੇ ਨੂੰ 5 ਬੈਂਡ, 5.5 ਬੈਂਡ, 6 ਬੈਂਡ ਓਵਰਆਲ, ਈਵਨ ਕਿ ਵਿਦਆਊਟ ਆਇਲਟਸ ਵੀ ਦਾਖਲਾ ਦਿੰਦੀਆਂ ਨੇ। ਬਟ ਉਸ ਨੰਬਰ ਜਿਸ ਬੱਚੇ ਦੇ ਆਇਲਟਸ ਉਹ ਘੱਟ ਆ ਮਡਿਊਲ 'ਚੋਂ, ਜਿਸ 'ਚੋਂ ਬੈਂਡਸ ਘੱਟ ਹੈ, ਉਹਨੂੰ ਸਪੈਸ਼ਲ ਬੱਚੇ ਨੂੰ ESL ਪ੍ਰੋਗਰਾਮ ਲੱਗਦਾ। ਜੇ 5.5 ਬੈਂਡ 'ਤੇ ਅਪਲਾਈ ਕਰ ਰਹੇ ਹੋ ਜਾਂ ਓਵਰਆਲ 6 'ਤੇ ਅਪਲਾਈ ਕਰ ਰਹੇ ਹੋ, ESL ਪ੍ਰੋਗਰਾਮ ਲੱਗਦਾ। ਅਤੇ ਜੇ ਵਿਦਆਊਟ ਆਇਲਟਸ ਕਰ ਰਹੇ ਹੋ, ਇੰਗਲਿਸ਼ ਮੀਡੀਅਮ ਪੜ੍ਹੇ ਹੋ, ਨੰਬਰ 70% ਹੈ, ਤਾਂ ਡਾਇਰੈਕਟ ਤੁਸੀਂ ਬੈਚ ਡਿਗਰੀ ਦਾਖਲ ਲੈ ਸਕਦੇ ਹੋ। ਸੋ ਇਹੋ ਜਿਹੇ ਕਈ ਆਪਸ਼ਨ ਅਵੇਲੇਬਲ ਆ ਜਿੱਥੇ ਤੁਸੀਂ SDS ਵਾਂਗੂ ਸਕਸੈਸ ਰੇਟ ਲੈ ਸਕਦੇ ਹੋ। ਬਟ ਫਿਰ ਵੀ ਜੇ ਮੇਰੀ ਪਰਸਨਲ ਰਿਕਮੈਂਡੇਸ਼ਨ ਪੁੱਛੋ ਤਾਂ ਮੈਂ ਇਹ ਕਹੂੰਗਾ ਕਿ ਆਇਲਟਸ ਇੰਪਰੂਵ ਕਰੋ। ਜਿੱਥੇ ਓਵਰਆਲ ਬੱਚਾ 6 ਬੈਂਡ ਲੈ ਸਕਦਾ, ਮੈਂ ਚੈਲੰਜ ਕਰਨ ਨੂੰ ਤਿਆਰ ਹਾਂ, ਮੈਂ ਮਤਲਬ ਦਾਅਵਾ ਕਰਕੇ ਓਪਨਲੀ ਗਰੰਟੀ ਲੈਣ ਨੂੰ ਤਿਆਰ ਹਾਂ, ਜਿਹੜਾ ਬੱਚਾ ਓਵਰਆਲ 6 ਬੈਂਡ ਲੈ ਸਕਦਾ ਅਗਰ ਸਾਡੇ ਕੋਲੋਂ 2 ਤੋਂ 3 ਮਹੀਨੇ ਪੜ੍ਹਦਾ, ਮੈਕਸੀਮਮ 3 ਮਹੀਨੇ, ਅਸੀਂ ਉਹ ਬੱਚੇ ਦੇ ਉਸ ਮਡਿਊਲ 'ਚੋਂ 6 ਬੈਂਡ ਲਿਆ ਕੇ ਈਚ 6 ਦੇ ਨਾਲ ਬੱਚੇ ਦਾ SDS ਕੈਟਾਗਰੀ ਵੀਜ਼ਾ ਅਪਲਾਈ ਕਰ ਸਕਦੇ ਹਾਂ। ਸੋ 1 ਵਾਰ 2 ਵਾਰ ਜਾਂ 4 ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਾ ਕੈਨੇਡਾ ਦਾ, ਅੱਜ RS ਗਲੋਬਲ ਦੀ ਐਕਸਪਰਟ ਟੀਮ ਨੂੰ ਮਿਲਿਆ ਜਾ ਸਕਦਾ ਤਾਂ ਕਿ ਤੁਸੀਂ ਆਪਣੇ ਸੁਪਨੇ ਦੇ ਮੁਲਕ ਕੈਨੇਡਾ ਜਾ ਕੇ ਇੱਕ ਚੰਗਾ ਭਵਿੱਖ ਬਣਾ ਸਕੋ। ਲਾਈਵ ਐਗਜ਼ਾਮਪਲ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਵੇਖੀਆਂ ਜਾ ਸਕਦੀਆਂ। ਅੱਜ ਹਰਜੋਤ ਸਿੰਘ 1 ਵਾਰ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ 25 ਦਿਨ ਦੇ ਵਿੱਚ ਬੱਚੇ ਨੇ ਆਇਲਟਸ ਕੀਤੀ, 6 ਬੈਂਡ ਈਚ ਲਏ, ਅੱਜ 52% ਨੰਬਰ ਦੇ ਨਾਲ, ਯੈਸ 52% ਦੇ ਨਾਲ ਬੱਚਾ ਕੈਨੇਡਾ ਪੜ੍ਹਨ ਜਾ ਚੁੱਕਾ। ਲਵਲੀਨ ਕੌਰ ਦੀ ਐਗਜ਼ਾਮਪਲ ਲੈ ਸਕਿਓ, ਉਹ ਲੜਕੀ ਸਾਡੇ ਤੋਂ ਪਹਿਲਾਂ ਰਿਫਿਊਜ਼ ਹੋਈ ਸੀ, ਸਾਡੇ ਕੋਲ ਦੁਬਾਰਾ ਆਇਲਟਸ ਇੰਪਰੂਵ ਕਰਕੇ ਅੱਜ ਉਹ ਵੀ ਕੈਨੇਡਾ ਪਹੁੰਚ ਚੁੱਕੀ ਹੈ 6 ਈਚ ਲੈ ਕੇ। ਸੋ ਇਹੋ ਜਿਹੇ ਕਈ ਐਗਜ਼ਾਮਪਲ, ਅਮਨਦੀਪ ਕੌਰ ਦੀ ਗੱਲ ਕਰਾਂ ਜਾਂ ਰਵਨੀਤ ਸਿੰਘ ਦੀ ਗੱਲ ਕਰਾਂ, ਕਈ ਇਹੋ ਜਿਹੇ ਐਗਜ਼ਾਮਪਲ ਮੇਰੇ ਫੇਸਬੁੱਕ ਪੇਜ 'ਤੇ ਜਾ ਕੇ ਵੇਖੀਆਂ ਜਾ ਸਕਦੀਆਂ, ਜੋ ਘੱਟ ਨੰਬਰਾਂ ਨਾਲ ਪਹਿਲਾਂ ਰਿਫਿਊਜ਼ ਹੋਣ ਤੋਂ ਬਾਵਜੂਦ ਫਿਰ ਵੀ ਸਾਡੇ ਕੋਲੋਂ ਮੇਰੀ ਐਕਸਪਰਟ ਟੀਮ ਤੋਂ ਮਦਦ ਲੈ ਕੇ ਅੱਜ ਕੈਨੇਡਾ ਪੜ੍ਹਨ ਜਾ ਚੁੱਕੇ ਨੇ। ਕਿਉਂਕਿ RS ਗਲੋਬਲ ਅੱਜ ਉਹਨਾਂ ਰਿਫਿਊਜ਼ਲ ਕੇਸਾਂ ਵਿੱਚ ਐਕਸਪਰਟ ਹੈ ਜਿਨ੍ਹਾਂ 'ਚ ਤੁਸੀਂ ਹੋਰਨਾਂ ਕੰਸਲਟੈਂਟ ਤੋਂ ਵੀਜ਼ੇ ਰਿਫਿਊਜ਼ ਕਰਾ ਚੁੱਕੇ ਹੋ। ਜੀ ਸਰ, ਇੱਕ ਤੁਸੀਂ ਆਪਸ਼ਨ ਦਿੱਤੇ ਕਿ ਆਇਲਟਸ ਬੱਚਾ ਇੰਪਰੂਵ ਕਰ ਲੇ, ਬਾਈ ਚਾਂਸ ਇੰਪਰੂਵ ਕਰੀ ਜਾ ਰਹੇ ਹੋ ਤੇ ਫਿਰ ਵੀ 5.5 ਤੋਂ ਵੱਧ ਆ ਹੀ ਨਹੀਂ ਰਹੇ, ਕੀ ਉਹ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਅਪਲਾਈ ਕਰ ਸਕਦਾ? ਬੜੀ ਵਧੀਆ ਆਪਸ਼ਨ ਹੈ ਮੈਡਮ। ਰੀਸੈਂਟਲੀ ਅਸੀਂ ਇੱਕ ਫੇਸਬੁੱਕ ਤੇ ਵੀਜ਼ਾ ਪਾਇਆ ਮੋਨਿਕਾ ਦਾ 5.5 ਬੈਂਡ 'ਤੇ। ਅਗਰ ਤੁਸੀਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਤੁਸੀਂ 2018 ਪਾਸ ਆਊਟ ਹੋ, ਤੁਹਾਡੇ ਨੰਬਰ 60% ਹੈ, ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਮੈਂ ਫਿਰ ਰਿਪੀਟ ਕਰਦੇ ਹਾਂ, 5.5 ਬੈਂਡ ਵਾਲਾ ਬੱਚਾ ਜਿਹੜਾ 2018 ਪੜ੍ਹਿਆ ਹੈ, ਉਹਦੇ ਨੰਬਰ 60% ਨੰਬਰ ਹੈ, ਉਹ ਆਸਟ੍ਰੇਲੀਆ ਅਪਲਾਈ ਕਰ ਸਕਦਾ ਐਂਡ ਵੀਜ਼ਾ ਚਾਂਸਸ ਅੱਛੇ ਹੈ। ਜੇ 2017 ਜਾਂ 2016 ਪੜ੍ਹੇ ਹੋ, ਫਿਰ ਆਸਟ੍ਰੇਲੀਆ 5.5 ਬੈਂਡ 'ਤੇ ਅਪਲਾਈ ਕਰਕੇ ਆਪਣਾ ਟਾਈਮ ਅਤੇ ਆਪਣਾ ਮਾਂ ਪਿਓ ਦਾ ਪੈਸਾ ਬਰਬਾਦ ਨਾ ਕਰੋ, ਫਿਰ ਬੈਟਰ ਆਪਸ਼ਨ ਨਿਊਜ਼ੀਲੈਂਡ ਆ। ਦੇਖੋ ਅਮ੍ਰਿਤਾ ਜੀ, ਪ੍ਰੋਬਲਮ ਪਤਾ ਕੀ ਹੈ, ਬੱਚੇ ਨੂੰ ਆਪਣੀ ਪ੍ਰੋਫਾਈਲ ਦੀ ਪਛਾਣ ਕਰਨੀ ਨਹੀਂ ਆਉਂਦੀ ਕਿ ਮੇਰੀ ਐਲੀਜੀਬਿਲਟੀ ਬਣਦੀ ਕਿੱਥੇ ਆ। ਹਰ ਇੱਕ ਬੰਦਾ ਰਾਤ ਨੂੰ ਸੌਂਦਾ ਪੰਜਾਬ ਜਲੰਧਰ ਅੰਮ੍ਰਿਤਸਰ ਦੇ ਸ਼ਹਿਰ 'ਚ ਹੈ ਅਤੇ ਸੁਪਨੇ 'ਚ ਘੁੰਮਦਾ ਟੋਰੋਂਟੋ, ਵੈਨਕੂਵਰ, ਨੈਗਰਾ ਫੋਲ 'ਚ ਆ। ਸੋ ਲੱਗਦਾ ਮੈਂ ਸਿਰਫ ਕੈਨੇਡਾ ਪਹੁੰਚਣਾ, ਬਟ ਉਸ ਬੱਚੇ ਨੂੰ ਇਹ ਨਹੀਂ ਪਤਾ ਵੀ ਮੇਰੇ 5.5 ਬੈਂਡ ਹੈ, ਮੇਰੀ ਪਰਸੈਂਟੇਜ ਘੱਟ ਹੈ, ਮੇਰੀ ਕਿਹੜੀ ਕੰਟਰੀ 'ਚ ਐਲੀਜੀਬਿਲਟੀ ਬਣਦੀ ਹੈ, ਉਹ ਪਛਾਣਨ ਲਈ ਬੱਚੇ ਨੂੰ ਲੋੜ ਹੈ। ਸੋ ਅੱਜ 5.5 ਬੈਂਡ ਵਾਲਾ ਬੱਚਾ ਜਿਹੜਾ 2017 ਪੜ੍ਹਿਆ ਜਾਂ 2016 ਪੜ੍ਹਿਆ, ਉਹਦੇ ਲਈ ਸਭ ਤੋਂ ਬੈਸਟ ਆਪਸ਼ਨ ਨਿਊਜ਼ੀਲੈਂਡ ਹੈ। ਇੱਕ ਤਾਂ ਫੀਸ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਜਾਣੀ, ਦੂਜਾ ਵਾਈਡ ਰੇਂਜ ਆਫ ਕੋਰਸਿਸ, ਡਿਪਲੋਮਾਜ਼ ਉੱਥੇ ਅਵੇਲੇਬਲ ਆ, ਤੀਜਾ PR ਦਾ ਰਸਤਾ ਸੌਖਾ, ਚੌਥਾ ਅਗਲੇ ਸਾਲ ਦੀ ਫੀਸ ਅੱਧੀ ਰਹਿ ਜਾਂਦੀ ਹੈ। ਸਾਰੇ ਮੁਲਕਾਂ 'ਚ ਜਿੰਨੀ ਪਹਿਲੇ ਸਾਲ ਦੀ ਫੀਸ ਹੈ, ਦੂਜੇ ਸਾਲ ਤੀਜੇ ਸਾਲ ਸੇਮ ਰਹਿੰਦੀ ਹੈ। ਐਗਜ਼ਾਮਪਲ ਦਿੰਦਾ, ਅਗਰ ਪਹਿਲੇ ਸਾਲ ਦੀ ਫੀਸ $25 ਆਸਟ੍ਰੇਲੀਆ ਦੀ, ਤਾਂ ਅਗਲੇ ਸਾਲ ਦੀ 25 ਹੈ, ਤੀਜੇ ਸਾਲ ਦੀ ਵੀ 25 ਹੈ।
ਥੋੜੇ ਆਇਲਟਸ ਬੈਂਡ ਦੇ ਨਾਲ ਨਿਊਜ਼ ਨੂੰ ਪੜਨ ਜਾ ਸਕਦੇ ਹੋ, ਬਟ ਬੱਚਿਆਂ ਦੇ ਦਿਮਾਗ 'ਚ ਵਹਿਮ ਆ ਕਿ ਮੇਰੇ ਕੋਲ 6 ਮਹੀਨੇ ਪੁਰਾਣੇ ਪੈਸੇ ਨਹੀਂ ਹੈਗੇ ਜੀ। ਜੇ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ ਤੁਹਾਡੇ ਘਰ 'ਚੋਂ ਪੈਸੇ ਕਢਾਵਾਂਗਾ, ਕਿਉਂਕਿ ਜੇ ਤੁਸੀਂ ਪਹਿਲਾਂ ਕੈਨੇਡਾ 'ਚ ਫੀਸ ਭਰੀ ਸੀ, GIC ਕਰਵਾਇਆ ਸੀ, ਅੱਜ 3 ਮਹੀਨੇ ਬਾਅਦ ਤੁਹਾਡਾ ਪੈਸਾ ਵਾਪਸ ਆਇਆ, ਤਾਂ ਤੁਹਾਡਾ ਪੈਸਾ ਆਟੋਮੈਟਿਕਲੀ ਲਗਭਗ 6 ਮਹੀਨੇ ਪੁਰਾਣਾ ਹੋ ਚੁੱਕਾ ਹੈ। ਬਟ ਬੱਚੇ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੈਗਾ ਕਿ ਮੇਰਾ ਪੈਸਾ 6 ਮਹੀਨੇ ਪੁਰਾਣਾ ਹੈ ਕਿ ਨਹੀਂ। ਸੋ ਨਿਊਜ਼ੀਲੈਂਡ ਦੇ ਫੰਡਸ ਨੂੰ ਲੈ ਕੇ ਕਨਫਿਊਜ਼ਨ ਆ ਕਿ ਮੇਰੇ ਪੈਸੇ ਕਿਵੇਂ 6 ਮਹੀਨੇ ਪੁਰਾਣੇ ਹੋ ਸਕਦੇ ਆ, ਜਾਂ ਮੈਂ ਕਿਹੜੇ ਕਿਹੜੇ ਫੰਡ ਯੂਟੀਲਾਈਜ਼ ਕਰ ਸਕਦਾ, ਕਿਹੜੇ ਭੈਣ ਭਰਾ, ਕਿਹੜੇ ਦਾਦੇ ਦਾਦੇ ਜਾਂ ਨਾਨੀ ਨਾਨੀ ਦੇ ਫੰਡ ਅਸੈਪਟੇਬਲ ਹੈ ਕਿ ਨਹੀਂ ਹੈ, ਪੇਰੈਂਟਸ ਗਵਰਨਮੈਂਟ ਇੰਪਲਾਈ ਨੇ ਉਹਨਾਂ ਦਾ GP ਫੰਡ ਅਸੈਪਟੇਬਲ ਹੈ ਕਿ ਨਹੀਂ ਹੈ, ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਲਈ ਮੇਰੇ ਨਾਲ ਜਾਂ ਮੇਰੀ ਐਕਸਪਰਟ ਟੀਮ ਨਾਲ ਜਲੰਧਰ, ਮੋਹਾਲੀ ਅਤੇ ਨਵਾਂਸ਼ਹਿਰ ਆਫਿਸ ਜ਼ਰੂਰ ਮਿਲੋ। ਸਾਡੇ ਪਨਬੈਂਡ 'ਤੇ ਸਾਡਾ ਨਿਊਜ਼ੀਲੈਂਡ ਦਾ ਸਕਸੈਸ ਇਟ 100% ਹੈ। ਸੋ ਅਗਰ ਤੁਸੀਂ ਵੀ ਨਿਊਜ਼ੀਲੈਂਡ ਪੜ੍ਹ ਕੇ ਇੱਕ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹੋ, ਆਸਟ੍ਰੇਲੀਆ ਸਾਡੇ ਪਨਬੈਂਡ 'ਤੇ ਵੀਜ਼ਾ ਲੈਣਾ ਚਾਹੁੰਦੇ ਹੋ, ਜਾਂ ਕੈਨੇਡਾ ਇੱਕ ਵਾਰ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੈਣਾ ਚਾਹੁੰਦੇ ਹੋ, ਜਾਂ ਫਿਰ ਨਵੇਂ ਸਾਲ ਦੇ ਮੌਕੇ 'ਤੇ ਆਪਣੇ ਪਰਿਵਾਰ ਨਾਲ, ਆਪਣੇ ਦੋਸਤਾਂ ਨਾਲ ਕੈਨੇਡਾ ਅਮੈਰੀਕਾ ਘੁੰਮਣ ਜਾਣਾ ਚਾਹੁੰਦੇ ਹੋ, ਕੇਵਲ 4,999 ਰੁਪਏ ਦੇ ਵਿੱਚ, ਔਰ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ, ਇਹਨਾਂ ਸਾਰੀਆਂ ਆਫਰਸ ਲਈ, ਇਹਨਾਂ ਸਾਰੀਆਂ ਸੇਵਾਵਾਂ ਲਈ 70509 70509 ਇਸ ਨੰਬਰ 'ਤੇ ਕਾਲ ਕਰਕੇ ਮੇਰੇ ਨਾਲ ਜਾਂ ਮੇਰੀ ਟੀਮ ਨੂੰ ਮਿਲਿਆ ਜਾ ਸਕਦਾ, ਤਾਂ ਕਿ ਤੁਸੀਂ ਆਪਣੇ ਭਵਿੱਖ ਨੂੰ ਇੱਕ ਸੁਰੱਖਿਅਤ ਹੱਥਾਂ 'ਚ ਦੇ ਕੇ ਆਪਣੇ ਪੈਸੇ ਨੂੰ ਬਚਾ ਸਕੋ। ਜੀ ਸੁਖਚੈਨ ਜੀ, ਸਾਡੇ ਸ਼ੋਅ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਪਵਨਪ੍ਰੀਤ ਕੌਰ, ਮੈਂ ਕਪੂਰਥਲਾ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ ਸਟੱਡੀ 2017 ਵਿੱਚ ਕੰਪਲੀਟ ਕੀਤੀ ਇਨ BSc ਮੈਡੀਕਲ ਲੈਬ ਸਾਇੰਸ, ਐਂਡ ਆਫਟਰ ਦੈਟ ਮੈਂ ਆਲਸ 6.5 ਸਕੋਰ ਕੀਤੇ, ਉਸ ਤੋਂ ਬਾਅਦ ਮੈਂ RS ਗਲੋਬਲ ਵਿਜ਼ਿਟ ਕੀਤਾ ਐਂਡ ਇਹਨਾਂ ਨੇ ਮੈਨੂੰ ਕਾਫੀ ਅੱਛਾ ਗਾਈਡ ਕੀਤਾ, ਐਂਡ ਵਿਦ ਇਨ 1 ਮੰਥ ਮੇਰਾ ਵੀਜ਼ਾ ਐਮਬੈਸੀ ਤੋਂ ਆ ਗਿਆ, ਐਂਡ ਆਈ ਐਮ ਵੈਰੀ ਹੈਪੀ, ਐਂਡ ਮੈਂ ਸਾਰਿਆਂ ਨੂੰ ਰਿਕਮੈਂਡ ਕਰਾਂਗੀ ਕਿ ਤੁਸੀਂ ਵੀ RS ਗਲੋਬਲ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ ਕਰਤਾਰਪੁਰ ਤੋਂ ਬਿਲੋਂਗ ਕਰਦੀ ਹਾਂ। ਮੈਂ BSc ਕੰਪਿਊਟਰ ਸਾਇੰਸ HMB ਕਾਲਜ ਤੋਂ ਕੀਤੀ। ਇਹ ਡਿਗਰੀ ਮੈਂ 2015 ਦੇ ਵਿੱਚ ਲਈ। ਇਸ ਤੋਂ ਬਾਅਦ ਮੈਂ 3 ਸਾਲ ਦੀ ਜੋਬ ਕੀਤੀ ਐਜ਼ ਏ ਕੰਪਿਊਟਰ ਓਪਰੇਟਰ। ਇਸ ਤੋਂ ਬਾਅਦ ਮੇਰਾ ਡ੍ਰੀਮ ਸੀ ਕਿ ਮੈਂ ਅਗਲੇ ਆਪਣੀ PG ਡਿਗਰੀ ਫੋਰਨ ਕੰਟਰੀ ਦੇ ਵਿੱਚ ਕਰਾਂ, ਅਤੇ ਇਸ ਦੇ ਲਈ ਮੈਂ ਫਿਰ ਆਈਲੈਟਸ ਕੀਤੀ, ਜਿਸ ਦੇ ਵਿੱਚੋਂ ਮੇਰੇ 6.5 ਬੈਂਡ ਆਏ। ਇਸ ਤੋਂ ਬਾਅਦ ਮੇਰੇ ਬ੍ਰਦਰ ਅਤੇ ਮੈਂ ਇਸ RS ਗਲੋਬਲ ਵਿਜ਼ਿਟ ਕੀਤਾ, ਅਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਅਤੇ ਇਹਨਾਂ ਨੇ ਫਿਰ ਮੇਰੀ ਫਾਈਲ ਲਗਾਈ, ਅਤੇ ਵਿਦਇਨ 30 ਡੇਜ਼ ਮੇਰਾ ਵੀਜ਼ਾ ਆ ਗਿਆ, ਅਤੇ ਇਸ ਲਈ ਮੈਂ ਬਹੁਤ ਖੁਸ਼ ਹਾਂ। ਅਤੇ ਮੈਂ ਸਾਰਿਆਂ ਨੂੰ ਇਹ ਰਿਕਮੈਂਡ ਕਰਾਂਗੀ ਕਿ ਇਸ ਆਫਿਸ ਨੂੰ ਵਿਜ਼ਿਟ ਕਰੋ ਅਤੇ ਆਪਣੀ ਅਗਰ ਫਾਈਲ ਲਗਵਾਉਣੀ ਹੈ ਇੱਥੋਂ ਲਗਾਓ। ਮੇਰਾ ਨਾਮ ਨਵਪ੍ਰੀਤ ਸਿੰਘ ਹੈ ਔਰ ਮੈਂ RS ਗਲੋਬਲ ਲਈ ਜਪਾਨ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਕਿ ਮੇਰਾ 30 ਦਿਨਾਂ ਦੇ ਵਿੱਚ ਜਪਾਨ ਦਾ ਵੀਜ਼ਾ ਆ ਗਿਆ। ਮੈਂ ਹਰੇਕ ਨੂੰ ਇਹੀ ਸੁਜੈਸਟ ਕਰਦਾ ਹਾਂ ਕਿ ਆਪਣੀ ਇਨਕੁਆਇਰੀ ਜਲਦੀ ਹੋਵੇ, RS ਗਲੋਬਲ ਪਹੁੰਚੋ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਲਵਪ੍ਰੀਤ ਕੌਰ ਹੈ, ਮੈਂ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ +2 2016 ਦੇ ਵਿੱਚ ਕੰਪਲੀਟ ਕੀਤੀ, ਦੈਨ ਉਸ ਤੋਂ ਬਾਅਦ ਮੈਂ ਆਪਣਾ IELTS ਕੀਤਾ, ਐਂਡ IELTS ਦੇ ਵਿੱਚ ਮੇਰੇ ਓਵਰਆਲ 6 ਬੈਂਡ ਸੀ। ਦੈਨ ਉਸ ਤੋਂ ਬਾਅਦ ਮੈਂ RS ਗਲੋਬਲ ਵਿਜ਼ਿਟ ਕੀਤਾ, ਇੱਥੇ ਆ ਕੇ ਇਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੂੰ ਆਪਣਾ IELTS ਇੰਪਰੂਵ ਕਰ, ਐਂਡ ਦੈਨ ਮੈਂ ਆਪਣਾ IELTS ਇੰਪਰੂਵ ਕਰਕੇ ਈਚ 6 ਬੈਂਡ ਦਿੱਤੇ। ਦੈਨ ਉਸ ਤੋਂ ਬਾਅਦ ਮੈਂ ਆਪਣੀ ਫਾਈਲ ਦੀ ਪ੍ਰੋਸੈਸ ਸ਼ੁਰੂ ਕਰਵਾਈ, ਜਿਸ ਦੇ ਵਿੱਚ ਮੈਂ ਆਪਣਾ ਵੀਜ਼ਾ ਆ ਚੁੱਕਾ ਹੈ, ਐਂਡ ਮੈਂ ਇਸ ਲਈ ਬਹੁਤ ਖੁਸ਼ ਹਾਂ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਨ, ਐਂਡ ਫਾਈਨਲੀ ਤੁਸੀਂ ਰਿਜ਼ਲਟ ਗੁੱਡੀ ਰਿਸੀਵ ਕਰੋਗੇ। ਥੈਂਕ ਯੂ।